हां जी गुरप्रताप स्वागत कर रहे हैं, सत श्री अकाल। सत श्री अकाल जी सैनी साहब। और तुहाडे नाल रात गल इस करके नहीं हो पाई क्योंकि बहुत फसमा मुकाबला सी और चंद वोटां दे फर्क नाल ही अगे पिछे हो रहा सी, पर अखीर नूं तुहानूं जित प्राप्त हुई है, वैल डिजर्वड तुहाडी जित है। और नौजवान हो तुसीं, सिटी च काम कीता है पहलां, सिटी दे कम्मां नूं अंडरस्टैंड भी करदे हो, तो की कहना चाहुंदे हो अपनी जित ते? सैनी साहब बहुत बहुत धन्यवाद। एक गल कहनी चाहुंदे आ, इह जिहड़ी जित हैगी है इह गुरप्रताप सिंह तूर दी जित नहीं, इह वार्ड 9 एंड 10 दी जित हैगी है। जिहड़ा चेंज कम्यूनिटी मंगदी सीगी, जदों आपां डोर टू डोर गए इन्नी वार, सारिआं दे कोल चेंज दी आवाज आई, सारिआं ने चेंज मंगदे सीगे, ते उह चेंज वार्ड 9 एंड 10 नूं मिलिआ। मेरी कुछ किस्मत ही हैगी है कि दैट्स मी दैट्स ब्रॉट द चेंज हियर। ते हुण आपां जिहड़े अगले 4 साल हैगे आ रेजिडेंस दे नाल, जिद्दां आपां गल्लां बातां जो गल्लां बातां कैंपेन दे विच कीतीआं सीगीआं उहनां दे उत्ते पूरे उतरांगे, ते रेजिडेंस दे लई वार्ड 9 एंड 10 नूं वधिया रिप्रेजेंट करके सिटी हॉल दे विच जाके उत्थे आपां कम करके दिखावांगे जी। और गुरप्रताप, जिन्ना कि मैं 20-22 साल तों सिटी दी पॉलिटिक्स नूं समझिआ है, कोई भी सिटी होवे, जिहड़ा व्यक्ति इक वारी बण जांदा ना, उहनूं फिर चेंज करना सुखाला नहीं। तुसीं गेल माइल वल देख लो, एलेन मूर देख लो, जिन्हें भी तुसी जेफ वोमैन देख लो, जिन्हें भी बंदे जो कोई छड जाए तो आप छड जाए, वरना बहुत घट हुंदा उन्हां नूं हराया जा सके। और इधर गुआंढ दे विच हेजल मकैलियन देख लो, हुण बॉनी क्रॉम्बी तीजी वारी बड़े कंफर्टेबल मार्जन नाल जिते ने, जॉन टोरी लगातार जिधर नज़र मार के देखिए, जॉन स्प्रोवियरी, तो जिहड़े भी लोग छड के गए, आप छड के गए, सिटिंग किसी कौंसलर नूं, रीजनल कौंसलर नूं हराना बड़ा ही मुश्किल है। पैट फटीनी जित गए ने, माइकल पलैशी जित गए ने, मार्टिन मेडोरस जित गए ने, पर तुसी एक नवा इतिहास सिरज दिता, इह कोई छोटी गल नहीं है, की कहना चाहुंदे हो? हां जी, इहदे विच अगेन क्रेडिट गोज टू आवर रेजिडेंट्स, जिन्हां ने चेंज मंगी ਤੇ ਉਹਨਾਂ ਨੂੰ ਉਹ ਚੇਂਜ ਮਿਲੀ। ਜਿਹੜੇ ਰੈਜ਼ੀਡੈਂਟਸ ਵੱਧ ਚੜ ਕੇ ਆਏ, ਵੋਟਾਂ ਪਾਉਣ ਆਏ, ਸਾਰਿਆਂ ਨੇ ਆਪਣੇ ਕੰਸਰਨਸ ਵੋਇਸ ਕੀਤੇ। ਜਦੋਂ ਇਹ ਚੇਂਜ ਦੀ ਆਵਾਜ਼ ਆਉਂਦੀ ਹੈ, ਜਦੋਂ ਰੈਜ਼ੀਡੈਂਟਸ ਦੇ ਹੱਥ ਦੇ ਵਿੱਚ ਪਾਵਰ ਹੈਗੀ ਆ, ਤੇ ਉਹ ਆ ਕੇ ਆਪਣੀ ਪਾਵਰ ਯੂਜ਼ ਕਰਦੇ ਆ ਜਦੋਂ ਵੋਟਿੰਗ ਬੂਥ ਤੇ ਜਾਂਦੇ ਆ, ਤੇ ਸਾਨੂੰ ਇਹ ਨਤੀਜੇ ਦੇਖਣ ਨੂੰ ਮਿਲਦੇ ਆ। ਸਾਡੇ ਵੱਲੋਂ ਤਾਂ ਦੇਖੋ ਜੀ, ਆਪਾਂ ਤਾਂ ਕੈਂਪੇਨ ਚਲਾਈ ਆ ਆਪਣੀ ਮਿਹਨਤ ਦੇ ਨਾਲ, ਪੂਰੀ ਗਰਾਊਂਡ ਵਰਕ ਕਰਕੇ ਜਿਹੜੀ ਕੈਂਪੇਨ ਬੇਸਿਕਸ ਹੈਗੇ ਆ ਉਹ ਆਪਾਂ ਪੂਰਾ ਫੰਡਾਮੈਂਟਲੀ ਉਹ ਕੰਮ ਕੀਤਾ ਹੈਗਾ। ਬਟ ਜਿਹੜੀ ਚੇਂਜ ਆ ਉਹ ਸਿਰਫ ਤੇ ਸਿਰਫ ਰੈਜ਼ੀਡੈਂਟਸ ਦੇ ਹੱਥ ਦੇ ਵਿੱਚ ਹੈਗੀ ਆ। ਅੱਜ ਉਹਨਾਂ ਨੇ ਸਾਨੂੰ 4 ਸਾਲ ਦਾ ਮੌਕਾ ਦਿੱਤਾ, ਕੱਲ ਨੂੰ ਸ਼ਾਇਦ ਹੋਰ ਕਿਸੇ ਨੂੰ ਦੇਣ। ਜਦੋਂ ਵੀ ਰੈਜ਼ੀਡੈਂਟਸ ਦੇ ਹੱਥ ਦੇ ਵਿੱਚ ਪਾਵਰ ਹੈਗੀ ਆ, ਦੈਟਸ ਦ ਬਿਊਟੀ ਆਫ ਆਲ ਡੈਮੋਕਰੇਸੀ। ਸੋ ਰੈਜ਼ੀਡੈਂਟਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ, ਜਿਹਨਾਂ ਨੇ ਇਲੈਕਸ਼ਨ ਦੇਖੀ, ਇਲੈਕਸ਼ਨ ਸਾਡੇ ਨਾਲ ਇਹਨਾਂ ਨੇ ਲੜੀ, ਤੇ ਉਹਨਾਂ ਨੇ ਆ ਕੇ ਵੋਟਰਸ ਨੇ ਆ ਕੇ ਵੋਟ ਪਾਈ। ਈਵਨ ਦੋ ਉਸ ਕੱਲ ਦੀਵਾਲੀ ਵਾਲਾ ਦਿਨ ਸੀਗਾ, ਸਾਰੇ ਬਿਜ਼ੀ ਸੀਗੇ, ਬਿਲਕੁਲ ਠੀਕ ਹੈ ਜੀ। ਔਰ ਵਾਰਡ ਨੰਬਰ 9 ਔਰ 10 ਦੇ ਵਿੱਚ ਸਭ ਦਾ ਰੁਚੀ ਇਸ ਕਰਕੇ ਵੀ ਸੀ ਕਿਉਂਕਿ ਆਪਣੇ ਪੰਜਾਬੀਆਂ ਦੀ ਗੜ ਹੈ ਇਹ ਦੋਨੋਂ ਵਾਰਡਸ। ਔਰ ਇਹ ਵੀ ਨਾਲ ਨਾਲ ਦੱਸ ਦਵਾਂ ਕਿ 3 ਦੀਆਂ 3 ਸੀਟਾਂ ਆਪਣੇ ਪੰਜਾਬੀਆਂ ਦੇ ਕੋਲ ਹੀ ਸਨ, ਜੇ ਪਹਿਲਾਂ ਗੁਰਪ੍ਰੀਤ ਢਿੱਲੋਂ ਸਨ, ਰੀਜਨਲ ਕੌਂਸਲਰ ਹਰਕੀਰਤ ਸਨ, ਸਿਟੀ ਕੌਂਸਲਰ ਔਰ ਬਲਵੀਰ ਸੋਹੀ ਜਿਹੜੇ ਉਹ ਸਕੂਲ ਟਰੱਸਟੀ ਸਨ। ਤੋ ਫਿਰ ਤੋਂ 3 ਦੇ 3 ਪੰਜਾਬੀ ਉਮੀਦਵਾਰ ਜੇਤੂ ਹੋਏ ਨੇ, ਰੀਜਨਲ ਕੌਂਸਲਰ ਗੁਰਪ੍ਰਤਾਪ ਤੂਰ ਔਰ ਸਿਟੀ ਕੌਂਸਲ ਕੰਟੀਨਿਊ ਕਰਨਗੇ ਹਰਕੀਰਤ ਸਿੰਘ, ਤੇ ਸਕੂਲ ਟਰੱਸਟੀ ਜਿਹੜੇ ਨੇ ਉਹ ਸਤਪਾਲ ਸਿੰਘ ਜੌਲ ਚੁਣੇ ਗਏ ਨੇ। ਤੋ ਇਹ ਨਵਜੀਤ ਕੌਰ ਬਰਾੜ ਹੋਰਾਂ ਦਾ ਆਉਣਾ ਇੱਕ ਹੋਰ ਬੜੀ ਸਰਪ੍ਰਾਈਜ਼ ਜਿਹੜੀ ਐਡੀਸ਼ਨ ਹੋਈ ਹੈ ਆਪਣੀ ਕਮਿਊਨਿਟੀ ਦੀ ਸਿਟੀ ਹਾਲ ਦੇ ਵਿੱਚ। ਤੋ ਇਸ ਕਰਕੇ ਕੁੱਲ ਮਿਲਾ ਕੇ ਹੁਣ ਸਿਟੀ ਕੌਂਸਲ ਦੇ ਜਿਹੜੇ ਨਵੇਂ ਲੋਕ ਚੁਣ ਕੇ ਜਾਣਗੇ ਸਿਟੀ ਕੌਂਸਲ ਦੇ ਵਿੱਚ, ਔਰ ਗੁਰਪ੍ਰਤਾਪ ਹੋਰੀ ਤਾਂ ਖੈਰ ਸਿਟੀ ਤੋਂ ਇਲਾਵਾ ਰੀਜਨ ਦੇ ਵਿੱਚ ਵੀ ਆਪਣੇ ਰੈਜੀਡੈਂਟਸ ਨੂੰ ਉੱਥੇ ਉਹਨਾਂ ਦੀ ਨੁਮਾਇੰਦਗੀ ਕਰਨਗੇ। ਤੋ ਬਹੁਤ ਸਾਰੀਆਂ ਤੁਹਾਡੇ ਤੋਂ ਆਸਾਂ ਨੇ, ਔਰ ਤੁਸੀਂ ਅਜੇ ਬਹੁਤ ਯੰਗ ਹੋ, ਮੇਰੇ ਖਿਆਲ ਕਾਫੀ ਲੰਬਾ ਤੁਹਾਡੇ ਅੱਗੇ ਕੈਰੀਅਰ ਪਿਆ ਹੈ। ਤੋ ਜੋ ਤੁਸੀਂ ਤਜਰਬਾ ਪਹਿਲਾਂ ਸਿਟੀ ਦੇ ਵਿੱਚ ਕੰਮ ਕਰਕੇ ਹਾਸਲ ਕੀਤਾ, ਜੋ ਹੁਣ ਕਰੋਗੇ 4 ਸਾਲ 'ਚ ਤੁਹਾਡੇ ਲਈ ਅੱਗੇ ਲੌਂਗ ਟਰਮ ਤੱਕ ਕੰਮ ਆਏਗਾ ਗੁਰਪ੍ਰਤਾਪ, ਔਰ ਬਹੁਤ ਸਾਰੇ ਚੈਲੇਂਜਿੰਗ ਨੇ ਆਪਣੇ ਬ੍ਰੈਂਪਟਨ ਦੇ ਅੱਗੇ ਇਸ ਵੇਲੇ। ਤੋ ਅਜੇ ਤੁਹਾਨੂੰ ਅਸੀਂ ਕੋਈ ਬਹੁਤੇ ਔਖੇ ਸਵਾਲ ਨਹੀਂ ਪੁੱਛਦੇ, ਲੇਕਿਨ ਮੈਂ ਚਾਹਾਂਗਾ ਤੁਹਾਨੂੰ ਸ਼ੁਭ ਕਾਮਨਾਵਾਂ ਦੇਈਏ ਹਜੇ ਲਾਸਟ ਦੇ ਵਿੱਚ, ਔਰ ਵੋਟਰ ਸਪੋਰਟਰਾਂ ਨੂੰ ਤੁਸੀਂ ਧੰਨਵਾਦ ਕਰੋ ਆਪਣਾ ਲਾਸਟ ਦੇ ਵਿੱਚ। ਥੈਂਕ ਯੂ ਸੈਨੀ ਸਾਹਿਬ, ਤੇ ਸਾਰੇ ਵੋਟਰਾਂ ਦਾ, ਸਾਰੇ ਜਿਨ੍ਹਾਂ ਨੇ ਸਪੋਰਟ ਕੀਤੀ ਤੇ ਜਿਨ੍ਹਾਂ ਨੇ ਵੀ ਵੋਟ ਪਾਈ, ਤੁਸੀਂ ਜਿਹੜੇ ਵੀ ਕੈਂਡੀਡੇਟ ਨੂੰ ਵੋਟ ਪਾਈ, ਤੁਸੀਂ ਦਿਖਾਇਆ ਕਿ ਤੁਸੀਂ ਜਾ ਕੇ ਆਪਣੀ ਵੋਟ ਦੀ ਜਿਹੜੀ ਤੁਹਾਡਾ ਹੱਕ ਹੈਗਾ ਉਹਨੂੰ ਐਕਸਰਸਾਈਜ਼ ਕਰਦੇ ਹੈਗੇ ਹੋ। ਸੋ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਡੀਆਂ ਉਮੀਦਾਂ ਹੈਗੀਆਂ ਸਾਡੇ ਉੱਤੇ, ਉਹਨਾਂ ਦੇ ਉੱਤੇ ਆਪਾਂ ਖਰੇ ਉਤਰੀਏ, ਤੇ 4 ਸਾਲਾਂ ਦੇ ਵਿੱਚ ਵਧੀਆ ਕੰਮ ਕਰੀਏ। ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਆਪਾਂ ਹਾਜ਼ਰ ਰਵਾਂਗੇ, ਤੁਹਾਡੇ ਸਾਹਮਣੇ ਰਵਾਂਗੇ, ਜਿੱਦਾਂ ਕੈਂਪੇਨ ਰਨ ਕੀਤੀ ਗਰਾਊਂਡ ਤੇ,
ਗਰਾਊਂਡ ਤੇ ਤੁਹਾਡੇ ਨਾਲ ਆਪਾਂ ਕਰਾਂਗੇ। ਇਹ ਸਾਡਾ ਹਮੇਸ਼ਾ ਤੁਹਾਡੇ ਨਾਲ ਡੇ 1 ਤੋਂ ਵਾਅਦਾ ਸੀਗਾ ਤੇ ਇਹੀ ਵਾਅਦਾ ਅੱਗੇ ਰਹੂਗਾ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਮੌਕਾ ਦੇਣ ਦੇ ਲਈ। ਚਲੋ ਜੀ ਗੁਰਤਾਪ ਗੁਰਪ੍ਰਤਾਪ, ਤੁਹਾਨੂੰ ਤੁਹਾਡੇ ਪਰਿਵਾਰ ਨੂੰ ਖਾਸ ਤੌਰ ਤੇ ਤੁਹਾਡੇ ਵਾਈਫ ਨੂੰ, ਤੁਸੀਂ ਨਿਊਲੀ ਮੈਰਿਡ ਹੋ, ਹਜੇ ਹੁਣੇ ਹੁਣੇ ਥੋੜੇ ਸਮਾਂ ਪਹਿਲਾਂ ਸ਼ਾਦੀ ਹੋਈ, ਔਰ ਤੁਹਾਡੀ ਪਤਨੀ ਨੇ ਵੀ ਤੁਹਾਡਾ ਪੂਰਾ ਨਾਲ ਸਾਥ ਦਿੱਤਾ, ਸਾਰੀ ਫੈਮਿਲੀ ਨੇ ਵੀ ਤੁਹਾਡਾ ਨਾਲ ਸਾਥ ਦਿੱਤਾ, ਔਰ ਅਖੀਰ ਨੂੰ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ। ਕੀਪ ਇਟ ਅਪ, ਥੈਂਕ ਯੂ ਸੋ ਮਚ ਗੱਲਬਾਤ ਕਰਨ ਲਈ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।